ਗਲੇ ਪੈ ਗਈ ਬੌਲਾ ਡਾਕਟਰ ਕਰੀ ਪੱਟੀ ਸੇਦੀ ਕਰਦੇ ਕਰਦਾ ਕੀ ਤੂੰ ਏ ਕੀ ਕਰਦਾ ਸੀ ਕਰਦਾ ਸੀ ਕੁਛ ਕੀ ਕਰਦਾ ਸੀ ਕਿੱਥੇ ਦੇ ਲਿਆ ਤੇ ਗੇਟ 'ਚ ਦੇ ਲਿਆ ਕਬਜ਼ੇ 'ਚ ਜਰਜੀ ਲਾਉਂਦਾ ਸੀ ਮੈਂ ਤਾਂ ਮਾਰ ਕੇ ਕਰਦੀ ਮਰ ਜਾਏ ਜਾ ਗਲ ਜਿੰਦਰਾ ਜਾ ਪਾ ਦੇ ਚੰਗਾ ਰਾਤ ਨੂੰ ਵੀ ਚਮਕੂ ਬਈ ਗੋਲੀ ਵੀ ਦੇ ਦੀ ਚਮਕੂ ਇਹ ਪੰਗੇ ਲੈਣਾ ਜਦੋਂ ਨੂੰ ਬੌਲਾ ਭਾਂਡਾ ਕਿੱਥੇ ਲੱਕੀ ਯਾਰ ਗਲੇ ਪੈ ਗਈ ਬੇਗਾਨਾ ਜਵਾਕ ਹੈ ਭੈਣ ਦਾ ਹੈ ਆਪਦਾ ਮੇਰਾ ਛੱਡ ਕੇ ਮਸ਼ੀਨ ਤੇ ਭੱਜ ਗਿਆ ਭੈਣ ਤੇ ਇੱਥੇ ਦੋ ਬੋਲੇ ਮੇਰੇ ਮੱਥੇ ਮਾਰ ਗਿਆ ਪਤਾ ਅੱਜ ਭਾਬੀ ਕੋਲੇ ਪਊਗਾ ਸੱਟ ਲੱਗੀ ਮੇਰੇ ਭਾਈ ਜੀ ਮੈਨੂੰ ਗਲਾਸ ਚ ਪਾ ਕੇ ਦੇ ਟੀਕਾ ਮੈਂ ਪੀ ਲੂ ਗਲਾਸ ਚ ਪਾ ਕੇ ਦੇ ਸਿਆਪਾ ਖੜਾ ਕਰਿਆ ਜਾਣ ਨੂੰ ਚੜਾਉਣਾ ਚ ਮੈਂ ਬੱਸ ਜਾ ਮੈਂ ਨੀ ਆਂਦਾ ਮੈਂ ਨੀ ਆਂਦਾ ਕੋਈ ਪੀਣ ਪੂਣੇ ਦੇਣੀ ਆ ਡਾਕਟਰ ਨੂੰ ਹੋਈ ਗੋਲੀਆਂ ਦੇ ਦੇਣਾ ਮੈਂ ਗੋਲੀਆਂ ਦੇ ਦੇਣਾ ਮੈਂ ਦੋ ਗੋਲੀਆਂ ਮੇਰੀਆਂ ਦੀ ਹਰੀਆਂ ਜੀਆਂ ਬਲੱਡ ਵੱਜ ਜਾਂਦਾ ਘਰੇ ਕਬੀਲਾ ਵੀ ਭਾਰੀ ਹੋ ਗਈ ਹੋਣਾ ਨਿਸ਼ਾਨੀ ਮੈਨੂੰ ਮੇਰੀ ਕਿਹੜੀ ਹੈ ਸਿਓ ਲੈ ਕੇ ਚੱਲਾਂਗੇ ਉੱਥੋਂ ਹਾਂ ਤੇਰੀ ਹੈ ਸਿਓ ਲੈ ਕੇ ਚੱਲਾਂਗੇ ਖੂਨ ਬਣ ਜਾਂਦਾ ਸਿਓਆ ਨਾਲ ਜਿਹੜਾ ਨਿਕਲਿਆ ਉਂਗਲ ਚੋਂ ਚੰਗਾ ਤਹਾਂ ਰੱਖ ਲੈ ਉਂਗਲ ਐ ਰੱਖ ਸਿਰ ਤੋਂ ਉੱਤੇ ਰੱਖ ਰੱਖੇ ਰੱਖਦੇ ਹੁੰਦੇ ਨੇ ਥੱਲੇ ਖੂਨ ਡਿੱਗ ਜੂਗਾ ਲਿਖ ਲਈ ਦੇਗਾ ਓਕੇ ਆਪ ਦੇ ਗਾ ਕੀ ਕਰੇ ਹੁਣ ਕੀ ਕਰੇ ਭਾਈ ਸਾਰੀ ਜੀ ਠੀਕ ਹੈ ਠੀਕ ਹੈ ਹੈ ਓਕੇ ਓਕੇ ਚੰਗਾ ਚੰਗਾ ਡਾਕਟਰ ਚੰਗਾ ਚੰਗਾ ਵੀਰੇ ਚੰਗਾ ਇਹ ਇੱਥੇ ਜੇ ਲਾ ਦਿਓ ਮੜਾ ਇੱਥੇ ਜੇ ਇੱਧਰ ਸਾਈਡ ਸਾਈਡ ਦੀ ਦੱਬ ਕੇ ਲੈ ਬਾਈ ਧੰਨਵਾਦ ਬਾਈ ਚਾਹ ਪਾਣੀ ਦੱਸੋ ਚਾਹ ਠੀਕ ਆ ਬਾਈ ਹੋਰ ਧੰਨਵਾਦ ਬਾਈ ਤੁਹਾਡਾ ਮੈਂ ਖੱਜਲ ਹੁੰਦਾ ਰਹਿੰਦਾ ਯਾਰ ਨਹੀਂ ਹਾਂ ਆਜੋ ਪੀ ਜਾਂਦੇ ਚਾਹ ਨੂੰ ਤਾਂ ਕੋਈ ਟਾਈਮ ਨਹੀਂ ਦੀ ਲੱਗਦਾ ਠੀਕ ਆ ਓਕੇ IPL ਦੇਖੋ ਹੀ ਨਹੀਂ ਬਲਕਿ ਆਪਦੇ ਆਪਦੇ ਓਪੀਨੀਅਨ ਦੇ ਕੇ ਇੱਥੋਂ ਕਾਫੀ ਸਾਰੇ ਪ੍ਰਾਈਜ਼ ਵੀ ਜਿੱਤੋ ਉਹ ਵੀ lotus65.in ਤੇ ਇੱਥੇ ਬਹੁਤ ਸਾਰੇ ਕੁਐਸਚਨਸ ਵੀ ਆਉਣਗੇ ਜਿਵੇਂ ਕਿ ਹੂ ਵਿਲ ਵਿਨ ਦੀ ਮੈਚ ਔਰ ਹੂ ਵਿਲ ਵਿਨ ਦੀ ਟੌਸ ਐਵੇਂ ਦੇ 50+ ਕੁਐਸਚਨ ਆਉਣਗੇ ਜਿਨ੍ਹਾਂ ਵਿੱਚ ਤੁਸੀਂ ਆਪਦੇ ਓਪੀਨੀਅਨ ਦੇ ਕੇ ਲੱਖਾਂ ਪ੍ਰਾਈਜ਼ ਵੀ ਜਿੱਤ ਸਕਦੇ ਹੋ lotus365 ਦੇ ਉੱਪਰ ਜਾ ਕੇ ਰਜਿਸਟਰ ਕਰੋ ਤੇ ਪਾਓ ₹365 ਦਾ ਬੋਨਸ ਇੱਥੇ ਤੁਹਾਨੂੰ ਮਿਲਦਾ 1-to-1 24-hour ਕਸਟਮਰ ਸਪੋਰਟ ਇੱਥੇ ਖੇਡਦੇ ਨੇ 10 million ਤੋਂ ਵੀ ਜ਼ਿਆਦਾ ਯੂਜ਼ਰ ਇੱਥੇ ਕ੍ਰਿਕਟ ਤੋਂ ਇਲਾਵਾ 200 ਹੋਰ ਵੀ ਪਲੱਸ ਕੁਐਸਚਨਸ ਆਉਣਗੇ ਜਿਨ੍ਹਾਂ ਵਿੱਚ ਤੁਸੀਂ ਆਪਣੇ ਓਪੀਨੀਅਨ ਦੇ ਕੇ ਜਿੱਤ ਸਕਦੇ ਹੋ ਬਹੁਤ ਸਾਰੇ ਪ੍ਰਾਈਜ਼ ਨਵਾਬੂਜ਼ੀਨ ਸਦੀਕੀ ਉਰਵਸ਼ੀ ਰਿਟੇਲਾ ਕਾਜਲ ਅਗਰਵਾਲ ਨੇਹਾ ਸ਼ਰਮਾ ਤੇ ਸੁਨੀਲ ਸ਼ੈਟੀ ਵੱਡੇ ਸੈਲੀਬ੍ਰਿਟੀ ਇਹਨਾਂ ਦੇ ਬ੍ਰਾਂਡ ਅੰਬੈਸਡਰ ਨੇ ਤਾਂ ਦੇਰ ਨਾ ਕਰੋ ਹੁਣੇ ਰਜਿਸਟਰ ਕਰੋ lotus365.in ਤੇ ਲਿੰਕ ਇਨ
कमेंट पिन। यार दिन दमा जलूस कढ़ा पिया वो कणक का। अरे साले दिन देखिए अं बल्लियां छड़ रखियां ने बस जिहड़ी कपैन ने बढ़ती बढ़ती आप तो मेरे साले दिन डक्का नहीं तोड़िया होना। चार दिन सालों तो साले तो कम सला जनानियां मगर फिरदा होगा पद सुंघदा घर के काम नूं साले नूं मौत पैंदी है। दस भैन चो बंदा किधर किधर जाए साला दस मैं उत्थे जाके करा घरे आके कर। प्रीत आई कबूतर थले डिके ਵੱਡਾ ਗਰਜਾ ਕਬੂਤਰ ਵਾਲਾ ਬਣਿਆ ਫਿਰਦਾ ਤੂੰ ਆਇਆ ਥੱਲੇ ਆਇਆ ਚਾਚੇ ਆ ਜਾ ਥੱਲੇ ਆ ਜਾ ਇਹ ਬੇਲਣ ਬਸ ਕਬੂਤਰ ਹੀ ਫੜਦੇ ਫਰੀ ਜਾਂਦੇ ਨੇ ਬਸ ਕੀ ਕਹਾਂ ਮੈਂ ਹੁਣ ਹਾਈ ਦੱਸੇ ਇੱਧਰ ਕਿੱਥੇ ਜਾ ਰਿਹਾ ਕਿਉਂ ਇੱਧਰ ਤਾਂ ਸਰਵਿਸ ਹੁੰਦੀ ਪਈ ਆ ਇੱਧਰ ਆਵੇਂ ਮੰਜਾ ਡੰਨੀ ਆ ਤੈਨੂੰ ਇੱਕ ਵਾਰੀ ਅੱਡੋ ਡਿਊਟੀ ਤੇ ਨਹੀਂ ਗਈ ਅੱਜ ਕਿੱਥੇ ਜੇ ਜਾਣ ਦਊਗਾ ਤਾਂ ਹੀ ਜਾਊਗੀ ਡਿਊਟੀ ਤੇ ਸਵੇਰੇ ਤਾਂ ਉੱਠ ਕੇ ਜਵਾਕਾਂ ਵਾਂਗੂ ਮੂੰਹ ਧੋਂਦਾ ਉਹਦਾ ਤੇ ਯਾਰ ਦੇ ਨਹੀਂ ਅੱਡੇ ਚਮਲਾ ਵਾਲੀ ਆਪ ਤਾਂ ਕੰਮ ਕਰਦਾ ਨਹੀਂ ਤੈਨੂੰ ਵੀ ਨਹੀਂ ਕਰਨ ਦਿੰਦਾ ਤੈਨੂੰ ਕੀ ਪਤਾ ਨਾ ਕੰਜਰਖਾਨਾ ਕੀਤਾ ਹੋਇਆ ਤੂੰ ਬੈਠ ਮੈਂ ਪਾਣੀ ਲੈ ਕੇ ਲੈ ਆ दवाई दवाई खा ली हुण ध्यान नाल चंगा आहो आई रखा उंगल आहो तेनू की भीड़ पई थी उंगल दे कब्जे देण दी ओह जर लगी होई थी कब्जे ते थले ਹੋਰ ਭੈਣ ਦੇ ਯਾਰ ਦੇ ਉੱਤੇ ਸ਼ਾਹੀ ਪਨੀਰ ਮਿਲਦਾ ਸਾਨੂੰ ਚਟਨੀ ਨਾਲ ਤਾਂ ਭੈਣ ਜੋ ਰੋਟੀ ਖਾਂਦੇ ਉੱਥੇ ਸੀਜ਼ਨ 'ਚ ਆਪਣੇ ਵਾਲੀ ਕਣਕ ਕਿਤੇ ਵੱਢੀ ਦੀ ਪਰਸੋਂ ਵੱਢੀ ਦੀ ਤੂੰ ਕਿੱਥੇ ਦੀ ਗਾ ਜਦੋਂ ਵੱਢੀ ਦੀ ਪੂਰੀ ਦੀ ਮੈਂ ਘਰੀ ਉੱਥੇ ਬੱਲੀਆਂ ਦਾ ਭੈਣ ਜੋ ਦਾ ਨਾਸ ਮਾਰਿਆ ਪਿਆਗਾ ਅਸੀਂ ਛੱਡ ਰੱਖਿਆ ਨੇ ਕਪੈ ਨੇ ਜਿਹੜੀ ਵਰਤੀ ਵਰਤੀ ਤੁਹਾਨੂੰ ਕੀ ਹੱਥ ਲਾਇਆ ਹੋਊਗਾ ਨਾ ਕਰਦੇ ਤੇ ਅਸੀਂ ਕੰਮ ਦੇਖ ਤਾਂ ਲੈ ਕਰੋ ਮਾਂ ਮੁੱਟਾ ਭੈਣ ਜੋ 6 ਮਹੀਨੇ ਬਾਅਦ ਦਾਣੇ ਆਉਂਦੇ ਨੇਗੇ ਅੱਜ ਤਾਂ ਇਹਨੂੰ ਧੁੱਪ ਚ ਮੱਚਿਆਂਗੇ ਉੱਥੇ ਗਲਾਵਾ ਮੱਚਿਆਂ ਤੋਂ ਧੁੱਪ ਚ ਚਾਚੇ ਨਾਲ ਆਪ ਲੜੀ ਜਾਂਦਾ ਇਹ ਤਾਂ ਵਿਚਾਰੇ ਜਿੰਨਾ ਹੁੰਦਾ ਕਰੀ ਜਾਂਦੇ ਨੇ ਦੋਨੇ ਨਾਲੇ ਤੂੰ ਕਿੱਦਾਂ ਤਪਿਆ ਹੋਇਆ ਆ ਉਹ ਤਾਂ ਪਿਆ ਕੀ ਯਾਰ ਭੈਣ ਦਾ ਕੋਈ ਸੀਜ਼ਨ ਸੂਜ਼ਨ ਨਹੀਂ ਇਤਕੀ ਟਾਈਮ ਨਾਲ ਲੱਗਿਆ ਪਹਿਲਾਂ ਸਾਲ ਉੱਥੇ ਜਾਣ ਸਾਰ ਮੈਂ ਬਿਮਾਰ ਹੋ ਗਿਆ ਉਹਦਾ ਭੈਣ ਜੋ ਦਵਾਈਆਂ ਹੀ ਉੱਥੇ ਲੈਂਦਾ ਫਰੀ ਗਿਆ ਨਾਲੇ ਪਾਣੀ ਪੂਣੀ ਦਾ ਧਰ ਦੇ ਦਿੱਤਾ ਮੈਂ ਸਿਰ ਨਹਾਉਣਾਗਾ ਆਏ ਹਾਏ ਹਾਏ ਤੱਤਾ ਪਾਣੀ ਅੱਗ ਤਾਂ ਪੈ ਰਹੀ ਆ ਉੱਪਰੋਂ ਦੇਖ ਤਾਂ ਲੈ ਓ ਮੇਰੇ ਸਾਲੇ ਦੇ ਸਿਰ ਨਹਾਉਂਗਾ ਇਹਦੇ ਭੈਣ ਜੋ ਦੀ ਕੰਡ ਬੜੀ ਪਈ ਆ ਸਿਰ 'ਚ ਚੱਲ ਫੇਰ ਠੰਡਾ ਤਾਂ ਹੋ ਜਾ ਇੰਨਾ ਗਰਮ ਕਾਣੂ ਹੁੰਨਾ ਤੂੰ ਤਾਂ ਕਿੱਥੇ ਐ ਤੂੰ ਤੇਰੇ ਤਾਂ ਸੱਟ ਵੱਜੀ ਉਂਗਲੀ ਤੇ ਉਹ ਪਾਗੂ ਪੱਟੀ ਕਰਾਉਣ ਲੈ ਕੇ ਗਿਆ ਨੂੰ ਐ ਗਏ ਵੱਜੀ ਮੈਨੂੰ ਕੀ ਪਤਾ ਇਹ ਸੜਦਾ ਹੀ ਫਰੀ ਜਾਂਦਾ ਭੈਣ ਦਾ ਯਾਰ ਬੇਲੜਾ ਹਾਂ ਜੀ ਜਾ ਗਿਆ ਆ ਗਿਆ ਉਹ ਜੀਜਾ ਕਿਵੇਂ ਆ ਠੀਕ ਆ ਉਹ ਭੈਣ ਦਾ ਯਾਰ ਯਾਰ ਮੱਦੇਗਾ ਮੈਨੂੰ ਭੈਣ ਦਾ ਯਾਰ ਮੈਂ ਤਾਂ ਪਹਿਲੀ ਚੂਲਾ ਹੱਲਿਆ ਪੈਗਾ ਤੂੰ ਤੇ ਕਾਣੂ ਐਵੇਂ ਕਰਦਾ ਤੂੰ ਦੱਸ ਆ ਕੀ ਕਰਾ ਲਿਆ ਤੈਂ ਇਹਦਾ ਸੱਟ ਲੱਗੀ ਜੀਜਾ ਐ ਕਿਵੇਂ ਲੱਗੀ ਇਹਦਾ ਅਜੂ ਕਬਜੇ ਚ ਹੱਥ ਜਾ ਗਿਆ ਡਾਕਟਰ ਕਹਿੰਦਾ ਵੀ ਇਹ ਤਾਂ ਹੀ ਰੱਖੀ ਖੂਨ ਤਾਂ ਹਾਂ ਰਹੂਗਾ ਕਹਿੰਦਾ ਤੇਰਾ ਹੁਣ ਤਾਂ ਉਂਗਲ ਖੜੀ ਹੋਈ ਰਹੂਗੀ ਕਬਜੇ ਚ ਕੀ ਕਰਦਾ ਜੀ ਤੂੰ ਪੈਣ ਬੈਠਿਆ ਲੈ ਮੈਂ ਫੇਰ ਦੱਸੂਗਾ ਤੈਨੂੰ ਕੱਲੇ ਨੂੰ 36 ਵਾਰੀ ਸਮਝਾਇਆ ਨਾ ਹਜੇ ਕੰਮ ਕਰ ਰਿਹਾ ਕਿੱਥੇ ਲੈਂਦਾ ਫਿਰ ਤੇ ਮੈਂ ਕੰਮ ਕੋਈ ਲਤਾ ਕਰਦਾਂਗੀ ਚੱਲ ਤੂੰ ਚਾਹ ਬਣਾ ਕੇ ਲੈ ਯਾਰ ਪ੍ਰੀਤ ਮੈਂ ਢੂਹੀ ਸਿੱਧੀ ਕਰ ਲਾ ਨਾ ਜਿੱਦੇ ਕਣਕ ਵੱਢਦੇ ਨੇ ਕਿੱਥੇ ਦੀ ਤੂੰ ਐ ਉਰੀ ਦੀ ਗਏ ਹੈ ਉਰੀ ਦੀ ਰਾਤ ਨੂੰ ਵੱਡੀਆਂ ਕਣਕ ਦਾ ਕਪੈਣ ਦਾ ਰਾਤ ਨੂੰ ਆਈ ਹੈਗੀ ਨਾ ਮਾੜਾ ਮੋਟਾ ਤੁਸੀਂ ਦੋ ਜਣੇ ਤੁਹਾਨੂੰ ਮੈਂ ਛੱਡ ਕੇ ਗਿਆ ਸੀਗਾ ਵੀ ਮੇਰੇ ਜਾਣ ਬਾਅਦ ਤੁਸੀਂ ਕੰਮ ਕੰਮ ਕਰ ਲਿਓ ਉੱਥੇ ਭੈਣ ਜੋ ਬੱਲੀਆਂ ਤੋਂ ਉਹਨੇ ਜਲੂਸ ਕੱਢਿਆ ਪੈਗਾ ਸਾਰਾ 6 ਮਹੀਨੇ ਬਾਅਦ ਆਪਣੀ ਮਾੜਾ ਮੋਟੇ ਦਾਣੇ ਦੂਣੇ ਆਉਂਦੇ ਨੇਗੇ ਦੇਖ ਤਾਂ ਲੈ ਕਰੋ ਰਾਤ ਨੂੰ ਉਹ ਕਰਿਆ ਜੀਜੇ ਨੇ ਰਾਤ ਨੂੰ ਉਹਦਾ ਜਾਣ ਕੇ ਉਹ ਕਰਾਇਆ ਕਹਿੰਦਾ ਕੱਟ ਉੱਤੇ ਰੱਖੀ ਕਹਿੰਦਾ ਪਿਆਰੋ ਹੋਰੀਆਂ ਆਉਣੀਆਂ ਚਰਨ ਹੋਰੀਆਂ ਉਹ ਲੈ ਜਾਣੀਆਂ ਵੱਡ ਕੇ ਉਹਨਾਂ ਖਾਤਰ ਕਰਿਆ ਸੁਣਿਆ ਹੈਗਾ ਇਹਨੂੰ ਉਹਨੂੰ ਕਹਿੰਦਾ ਦੀ ਜੱਸੀ ਨੂੰ ਕਪੜਾ ਭੈਣ ਤੋਂ ਨੇੜੇ ਲੱਗਦੀਆਂ ਨੇ ਯਾਹੋ ਪਿਆਰੋ ਹੋਰਾਂ ਨੂੰ ਕੀ ਪਤਾ
मेरी गल सुन लो दोए अथने पल्ली चक्यो सारिया बल्लिया कट्ठिया करे उतो चंगा मकलावा हाथ है हाथ तो तेरे बदले कहने फेर देना ती मैं मसा फो ते टिकट क्या कराएगा तेन शर्म तो नहीं चाचे माड़ा मोटा देखता करो सारा तुम रिश्तेदारी चोगे तेन हले पता ही नहीं आ तेरे चाचे ने की करतूत खिंडाई है बचने के घरे जाके उन्होंने कुड़ी ने कहना कहता कि मैं चिट्टी कबूतरी है आज काला सूट पाई फिर दी है गोडा थले धरन फिर दे दी फराक फिर नी चुकते चोगा बड़ा इतिहास नहीं छोगा चुप कर जो जिस हिसाब के लक्षण फड़े ने ना गुड्डी थली आऊगी चढ़ाओगे गुड्डी जलूस कढ़ाओगे पट्टी करा के लिया उदो लिया दें जो कि असर नहीं होंगे हुसन नहीं सड़दा जीजा थक्या हराया माड़ी मोटी शर्म कर लिया कर पानी हो गया यार तेरा बड़ा डीजा कि ओदा पट्टी कराउण गया दी मेरे उधर ही वग गया हुआ है पुल तो ना गया वीरे के नहीं वगा मैं कल्ला आयांगा वीरे ले आओ हां ओथे की करदा हो ओथे ओही जेडी ओ मैं तन्नू दस्या जी बेड़ीडियां बंदियां सड़ा दियां उना ने रात चरण होरां नु हुण बढाउणगे ओहो जसे कल्लियां बंदियां नाल थोड़ी सरदा इहदा इहने तां घर नु तंगली लाई हुई आ सच में तन्नू दसां इह तां 2 लाख रुपया हां हां सच में 2 लाख रुपया सच में भुल गया ओए अच्छा ये 2 लाख रुपया जीजा उसे आपदे दे के उठे दे के आएगा सौरे आपदी मम्मी नू दे के आएगा नाले पंजीर दा पीपा दे के आएगा तू चुप कर भैने मैं दस दांगा मैं नाल गया जीगा मैनू इन्हां ने परां करता कहिंदे तू परां हो जा जी कोई गल करदे आ मैं फिर भी ऐ परां जी ऐ जी करके मैं देख लिया 2 लाख रुपया दे जांदा ती कहिंदा जे लोड़ा होर आपां लै लांगे कहिंदा कोई गल नहीं जसे सानूं टीना लैंदे ने पिंड च टीना खांदी आ अपने पैसे पंजीरी दा पिप्पा लेके गया अपनी नाल लेके गया गा ओ अंदर धर लिया दी टीना ने नहीं आ 2 लाख वाली पक्की गल है मेरे सामने दित्ते ने टीना ने पता नहीं अंदर की कहा यार एदी जेड़ी बहू हैगी आ मेरी भाभी नु अंदर जाके ओ बाहर आके फिर पैसे देते ओनु गिज्जे च पाई फिरदा दी 2 लाख लाल लाल नोट सानू तां रुपये रुपये नु तरसाया होया ने तू चाह पी ली मैं तां पी ली मैं नहीं इन्नी पींदा नाले चाह हुण चल आपां चल के वीर होरां दे आ जा टीना गा इहदी मम्मी दा ना उत्थे पता कीता सी चल चलिए प्रीत तू पानी गर्म कर मैं आ गया ना कि ठीक है ठीक हां
ਉਹਦੀ ਭੁੱਖੇ ਵਾਲੀ ਤੇਜ ਆ ਕਿੱਧਰ ਫਿਰਦਾ ਓਏ ਹਾ ਜਾ ਉਹ ਬਾਗੂ ਆ ਆ ਆ ਗਿਆ ਆ ਗਿਆ ਆ ਸੁੰਦਰਾ ਪਤਾ ਨਹੀਂ ਕਿੱਥੇ ਰਹਿ ਗਿਆ ਦੀ ਓਏ ਕਾਰੂ ਕੁੜੀ ਚੋਦਾ ਜੱਸੇ ਦੇ ਗਿਆ ਸਾਲੇ ਨੇ ਹੋਰੇ ਫਾਨਾ ਲੈ ਲਈ ਮੇਰੇ ਹਾਲ ਦੇ ਨੇ ਕੀ ਹੋ ਗਿਆ ਹੁਣ ਆ ਕੀਤੀ ਭੈਣ ਨੇ ਕਿਹਾ ਉਂਗਲ ਬਣਾ ਲਈ ਦੀ ਆਏ ਕਿ ਬਣਾ ਲਈ ਓਏ ਹਾਂ ਮੱਕੀ ਦੀ ਵੀ ਗਰੰਟੀ ਦੇਣ ਲੱਗ ਗਿਆ ਭਗਵੰਤ ਮਾਨ ਉਹ ਗੱਲਾਂ ਦਾ ਕਰੀ ਜਾਂਦਾ ਭਾਈ ਦੇਖੋ ਆਖੇ ਕੁਛ ਦੇਊਗਾ ਕਿਹੜਾ ਹੈ ਗੱਲਾਂ ਨੇ ਭਾਗੂਆ ਹੋਰ ਕਿੱਤਾ ਵੀ ਆਪਣੇ ਕੋਲ ਹੈ ਨਹੀਂ ਕੋਈ ਹੋਰ ਆ ਕੀ ਹੋਏ ਹਾਂ ਪਰ ਗਏ ਪੈਲ ਤੋਂ ਦੀ ਇੱਕ ਧੁੱਪ ਦੇਖ ਲੈ ਕਿੱਡੀ ਪੈਲ ਲਾ ਗਈ ਹੋ ਵਧੀਆ ਮੈਂ ਵੀ ਰਾਤ ਜੋ ਖੈ ਰਾਤ ਮੈਂ ਵੀ ਵਧੀਆ ਨਿਕਲਿਆ ਦਣਾ ਆ ਵਧੀਆ ਯਾਰ 50-55 ਕ ਮਨ ਪੈ ਗਈ ਬਾ 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 ਇੰਨਾ ਇੰਨਾ ਗਿਆ ਆਪਣੇ ਵੀ ਆਹੀ ਕੋਈ ਮੈਂ ਵੀ ਆਉਂਦਾ ਸੀ ਤੇਰੇ ਕੋਲ ਹੋਰ ਮੈਂ ਤਾਂ ਤੈਨੂੰ ਐਂ ਦੱਸਣ ਆਉਂਦਾ ਸੀ ਵੀ ਦੋ ਕੁ ਦਿਨ ਚੜਨ ਆਉਂਦੀ ਨੀ ਸੁਨੇਹਾ ਲਾਇਆ ਤੂੰ ਕੀ ਹੋ ਗਿਆ ਉਹ ਬਸ ਆਹੀ ਬੱਲੀਆਂ ਬੁੱਲੀਆਂ ਚੁਗਦੀ ਫਿਰਦੀ ਆ ਕਹਿੰਦੀ ਕਰ ਲਈਏ ਚਾਰ ਸ਼ੇਰ ਤਾਣੇ ਮੈਂ ਚੱਲ ਕਰ ਲਾ ਮੈਂ ਕਹਿ ਦੂੰ ਭਾਗੂ ਨੂੰ ਲਾ ਦੂੰ ਸੁਨੇਹਾ ਓ ਠੀਕ ਹੈ ਚੱਕਰ ਦਾ ਨਹੀਂ ਕੋਈ ਉਹ ਚੱਲ ਆਪੀ ਸਾਰ ਲੈਣੇ ਪਹਿਲਾਂ ਕਿਹੜਾ ਸਾਰ ਦੇ ਨਹੀਂ ਦੀ ਹਾਂ ਅਸੀਂ ਵੀ ਤੂੜੀ ਵਾਲੀ ਪੁੱਛਦੇ ਆ ਹੁਣ ਕਰਦਾ ਤੂੜੀ ਕਰਾਉਣਾ ਮੈਂ ਤਾਂ ਹੋਰ ਪਰਜਾਈ ਠੀਕ ਆ ਮਾ ਪਰਜਾਈ ਤਾਂ ਠੀਕ ਆ ਜੇ ਭੈਣ ਦੇ ਖਸਮ ਪਰਜਾਈ ਕੋਈ ਲਵੇ ਲੱਗਣ ਦੇਣਗੇ ਫੇਰੇ ਹੈ ਕਦੇ ਮੇਰਾ ਸਾਲਾ ਇਹ ਕਸੂਤੇ ਤਾਂ ਮੈਂ ਹੱਥ ਫਸਾ ਲੈਂਦਾ ਤੂਤਿਆ ਕੁੜੀ ਚੋਦਾ ਪਤਾ ਨਹੀਂ ਇੱਥੇ ਕੀ ਗਾਹ ਜੜਾਉਣਾ ਮੇਰੇ ਸਾਲੇ ਨੇ ਲਿਆ ਕੇ ਮੇਰੇ ਤਾਂ ਸਿਰ ਤੇ ਖੜੇ ਕਰਤੇ ਦੋ ਕੈਮਰੇ ਤੂੰ ਮੈਂ ਦੱਸਦਾ ਤੂੰ ਤੂੰ ਤਾਂ ਭੈਣ ਦਾ ਰੱਖ ਚੋੜਿਆ ਹੈ ਉਹਦੇ ਪਿਓ ਨੂੰ ਚੋੜਿਆ ਬੜਾ ਚੋੜਿਆ ਤੂੰ ਤਾਂ ਭੇਜਦੇ ਕਿਸੇ ਬਹਾਨੇ ਓ ਮੈਂ ਜਾਂਦੇ ਨਹੀਂ ਕੀ ਕਰਾਂ ਮੈਂ ਮੇਰੇ ਹੁਣ ਕਹਿ ਮੈਂ ਆਪ ਕਹਿੰਦਾ ਵੀ ਤੁਸੀਂ ਵਗ ਜਾਓ ਕੋਈ ਕੋਈ ਲਾ ਦੇ ਬਹਾਨਾ ਯਾਰ ਕਹਦੇ ਕੋਈ ਵਰ ਗਿਆ ਖੱਪ ਗਿਆ ਬਿਮਾਰ ਹੋ ਗਿਆ ਭੈਣ ਦਾ ਤੂੰ ਤਾਂ ਬਾਬਾ ਹੋਣਾ ਹੈ ਜੱਸਾ ਆਊਗਾ ਅੱਜ ਮੈਨੂੰ ਲੱਗਦਾ ਕਹਿੰਦਾ ਜੱਸਾ ਆਊਗਾ ਮੈਂ ਅੱਜ ਆਊਗਾ ਉਹ ਕਹਿੰਦਾ ਸੀ ਭਾਈ ਜਵਾਬ ਦੇ ਕਹਿੰਦੇ ਤੜਕੇ ਜੱਸਾ ਆਊਗਾ ਮੈਂ ਚੱਲ ਆਪ ਹੀ ਭੇਜ ਦੂਗਾ ਹਾਂ ਵਧੀਆ ਦਾ ਹਾਏ ਹੋ ਲਾ ਆ ਗਿਆ ਠੀਕ ਹੈ ਠੀਕ ਹੈ ਰਾਜੀ ਰਹਿ ਭਾਈ ਆ ਕੀ ਕਰਾ ਲਿਆ ਓਏ ਕਦੋਂ ਕਹਿਤੀ ਓਏ ਸੱਟ ਲੱਗੀ ਹੈ ਠੀਕ ਹੈ ਚਾਚੇ ਤੂੜੀ ਦਾ ਵੀ ਨਵੇੜਦਾ ਬੱਲਾ ਕਰ ਲਾ ਕਰ ਲਾ ਤਹਾ ਪੁੱਤ ਤਹਾ ਰੱਖ ਤਹਾ ਰੱਖ ਆਪਣਾ ਵੀ ਨਵੇੜਦਾ ਹੈ ਨਿਬੜ ਗਿਆ ਲੱਸਾ ਹੋ ਗਿਆ ਓਏ ਹੈ ਕੀ ਆ ਭਾਗੂਆ ਬਾਹਰ ਓਏ ਫਿਰ ਜ਼ੋਰ ਦਾ ਕੰਮ ਕਰਨਾ ਪੈਂਦਾ ਹੁਣ ਸੱਟ ਲੱਗੀ ਓਏ ਕਿ ਨਾਨਕੇ ਗਿਆ ਸੀ ਮੈਂ ਹੈ ਆਹ ਉਹ ਤਾਂ ਦਾਤ ਜਿਹਾ ਲੱਗਿਆ ਇਹਦਾ ਘਰੂਟਾ ਵੱਡਿਆ ਲੱਗਦਾ ਮੈਨੂੰ ਸੱਟ ਨਹੀਂ ਓ ਮੇਰੇ ਸਲਦਿਆ ਬੌਲਿਆ ਹੋ ਰਹੀ ਹੈ ਤੇ ਪਕਾਈ ਮਾਰ ਦਾਤ ਲੱਗਿਆ ਜੇ ਤਾਂ ਉੱਥੇ ਬਾਹਰ ਕਿਹੜੀਆ ਦੁੱਧ ਦਹੀਂ ਆ ਰੇ ਭਾਗੂਆ ਓ ਸੁੱਕੀਆਂ ਰੋਟੀਆਂ ਓਏ ਮੈਂ ਤਾਂ 50 ਵਾਰ ਕਿਹਾ ਮੈਂ ਕਿਹਾ ਦੁੱਧ ਮੰਗਦਾ ਬਾਹਰ ਚੰਗੇ ਸੋਹਣੇ ਤੇਰੇ ਜਵਾਕ ਨੇ ਆਉਂਦਾ ਇੱਥੇ ਰਹਿ ਮੌਜਾਂ ਮਾਰ ਬੁੱਲੇ ਵੱਡ ਹੈ ਇੱਥੇ ਕਰ ਲੈ ਕਰ ਸਬਜੀ ਸੁਬਜੀ ਲਾ ਲੈ ਕਰ ਮਹਾ ਚਾਚਾ ਜੇ ਸਰਦਾ ਹੁੰਦਾ ਫਿਰ ਕਾਹਨੂੰ ਮੈਂ ਬਾਹਰ ਹੀ ਜਾਂਦਾ ਓਏ ਸਭ ਸਰਦਾ ਭਾਈ ਸਭ ਸਰਦਾ ਕੋਈ ਨਾ ਪਾ ਯਾ ਤਮਾ ਹੁੰਦੀ ਹੈ ਜਿੰਨੀ ਮਰਜ਼ੀ ਵਧਾ ਲੈ ਤੂੰ ਹੈ ਮੈਂ ਵੀ ਜ਼ਰੂਰੀ ਆ ਭਾਗੂਆ ਪਹਿਲੇ ਕਿਹੜਾ ਸਰਦਾ ਨਹੀਂ ਦੀ ਖਾਣੀ ਦਾ ਹੱਥ ਨੂੰ ਦੋ ਰੋਟੀਆਂ ਨੇ ਚਾਹੇ ਤੂੰ ਭਾਵੇਂ ਜਿੰਨਾ ਮਰਜ਼ੀ ਕੰਮ ਕਰ ਲਾ ਫਿਰ ਵੀ ਦੋ ਰੋਟੀਆਂ ਖਾਵੇਂਗਾ ਨਾ ਕਰੇਗਾ ਫਿਰ ਵੀ ਖਾਵੇਂਗਾ ਪਰਮਾਤਮਾ ਨੇ ਆਪੇ ਦੇ ਦੇਣੀ ਰੋਟੀ ਚੱਲ ਚੰਗਾ ਐ ਦੱਸ ਕਪੈਣ ਕੰਮੀ ਵਾਲੇ ਤੋਂ ਮਗਾਈ ਤੀ ਹਾਂ ਕਿਉਂ ਕੱਟ ਥੋੜਾ ਨੀਵਾਂ ਲਵਾ ਲੈਂਦਾ ਉੱਚਾ ਕਿਉਂ ਚੱਕਿਆ ਸੀਗਾ ਤੇ ਬੱਲੀਆਂ ਭੈਣ ਤੋਂ ਐਂ ਪਈਆਂ ਨਹੀਂ ਆ ਨਾ ਤੁਹਾਨੂੰ ਬਾਅਦ ਚੁੱਕ ਗਿਆ ਨੇ ਫਿਰ ਉਹ ਤੂੜੀ ਵਾਲੀ ਤਾਂ ਆ ਜਾਣਗੀਆਂ ਬੱਲੀਆਂ ਉਹ ਹੁਣ ਹੈ ਉਹਨਾਂ ਤੂੜੀ ਕਰਾਂਗੇ ਤੂੜੀ ਵਿੱਚ ਨਹੀਂ ਆਉਣੀਆਂ ਬੱਲੀਆਂ ਭਲਾ ਮੱਕੀ ਤੂੜੀ ਵਾਲੇ ਚਾਹਣਗੇ ਤੇ ਚਰਨ ਹੋਰਾਂ ਨੂੰ ਚੁਕਾਏਗਾ ਭਾਵੇਂ ਮੂੰਹ ਦੇ ਹੱਦ ਹੋ ਗਈ ਯਾਰ ਮੈਂ ਚਰਨ ਹੋਰ ਨੂੰ ਕਿਉਂ ਚੁਕਾਉਂਗਾ ਹੈ ਉਹ ਆਪਦੇ ਕਰਮਾਂ ਦੀ ਆਪ ਚੁਗ ਲੈਣਗੇ ਵਿਚਾਰੇ ਕਿਤੋਂ ਹੋਰ ਯਾਰ ਫਿਰ ਚੱਡੀਆਂ ਕਿਉਂ ਨੇ ਉਹਨੂੰ ਤੂੰ ਚੱਕ ਤਾਂ ਦਿੰਦਾ ਬੌਲੀ ਦੇ ਸਿਰ ਵਾਂਗੂ ਖੰਡਿਆ ਰੱਖੀਆਂ ਨੇ ਉਹ ਤਾਂ ਉਹ ਤੂੜੀ ਵਾਲੇ ਚਾਹਣਗੀਆਂ ਤੂੜੀ ਵਾਲਾ ਹੁਣ ਸਾਰਾ ਦੇਖ ਹੁੰਦਾ ਤੂੜੀ ਵਾਲੇ ਚ ਆ ਗਈ ਸਾਰੀ ਮਸ਼ੀਨ ਬੜਾਉਣੀ ਕਾਹਨੂੰ ਸਾਰੀ ਤੂੜੀ ਵਾਲੇ ਚ ਚਕਾਉਂਦਾਗਾ ਕੀ ਲੋੜ ਦੀ ਜਵਾਕ ਖਾ ਲੈ ਤੂੰ ਲੂਲੇ ਲਮਕਾ ਦੇ ਨਾ
जुत्ती टुटी पई है लै आ देख लै मैं कहा भाई दा सैंडल भाई मरदा फिर तू ले ले जेड़े रिश्तेदार हुंदा आप तू ले ले सैंडल ले ले जेड़े कहना तू सैंडल ले ले होर जमी हद मचा दी जमी कदा भैन दी तेरे ओदे स्किरी पई आगी थप्पे थप्पे तू ना रुपया नु दनागा ओ की कोन लगदे ने ओ ईरू दे ता आ भाई दा ला दा पै दी मराया जेड़े पैसे मेरे हिस्से दे कणक वड के आउणगे मैं आपदे रख ली हो भैन मर पहला कड़ा रखदा नी तू ओ ता मेरे हिस्से दे नहीं छड़दा है क्या ईरू दे ते है ओए कानू जरा आ दी तू तेरी भरजाई की गां माँ का हाथ बड़ा तंग ती रुपया कने मैनू कहती भी 200-200 लाख रुपये जे मैं तू दे मैं मम्मी जी तंग होते ने मिकी तो मंगन गए पैसे मैं भाई चल देते ना चाचा मेरी गल सुनो सरकारी नौकरी लगी हुई है असी टाइम पास कर देंगे कि मिलता 35-40 हज़ार मिलता यार तू गलत करागुआ फिर कहेगा वीरा पख लेंदा मैं पख नहीं लेंदा गलत नहीं है यार ए गलत नहीं है सारा कुछ तीवी करा बस हूं तीवी ते चढ़ जा तू सारा कुछ तीवी करा मेरे ते जोर नहीं चलिया फिर तू तीवी ते चढ़ जा तेरे लिए कानून ही ना करा छड़े कमारे है चंगा मैं खान चंगा पीन चंगा पहनू जमा नहीं बोलता बाई जी करता जो ब्याह कर मेरा हाथ चारे पैर चाके पे फिर कहूगा तो गुस्सा करूगा जो लक्षणी नहीं ठीक है इंस्टाग्राम ती रील देखिया ते कुड़ियां फसाई जांदा गा ओह की आउंदा ओनू ओह मेरी गल सुन ओह दी मर्जी है यार जो मर्जी करे ना करे पत्री दा वधिया देख लैंदा हो ओ पहला भी दा पा कराएगा की हो गया ला मैनूं ऐ दस भला ए मेरी तैनूं मैं दसदा वीरे असल च की गल है ना तां इहदी बहू मौस खवाउण देवे हां हैं हां मौस नूं असीं रोटी खवाउणे ना ओह खवाउण देवे ना पंडित नूं कोई कपड़ा लीड़ा ना दंद कसाई ना कुछ होर की गल बई पंडित घर दा सारा ग्रह चक के लै जांदा सिर ते कदे पंडित घरे बिठाया इहनां ने हैं स्याणे बजुर्ग आउंदे सी पहला घरे पंडित नूं बिठा के नाल दा दान पुन्न कर देना दक्षिणा दिंदे उहनूं दंद कसाई दें घर का सारा ग्रह चक के नाल लाई पंडित पिछे भी सारी पंडित दस दूगा है ओथे कहां पे रे फेर कोगे भी पंडित तो कुछ करा के मेरे मेरी दीदी साड़ी गल आ भाई दसया हो मैं डरदा मैं पंडित नहीं घरे बुलाउंदा दे करके हां इनू कह भी नाल जावे मेरे पंडित ते भाई जेड़ा कोई उपाय होवे कर लांगे भाई
ਐ ਤਾਂ ਘਰੇ ਨਿੱਤ ਦਾ ਕਲੇਸ਼ ਬੰਦਾ ਲੈ ਕੇ ਭੇਜੂ ਕੋਈ ਨਾਲ ਵਾਲਾ ਜਾਂ ਮੱਲਾ ਨਾਲ ਵਾਲਾ ਮੰਨੀ ਦੀ ਹੁੰਦੀ ਆ 2 ਸਾਲ ਹੋ ਗਏ ਇੱਕ ਮੇਰੀ ਗੱਲ ਸੁਣ ਕਿੰਨੀਆਂ ਦਵਾਈਆਂ ਖਵਾ ਦੀਆਂ ਬਹੂ ਨੂੰ 2 ਸਾਲ ਹੋ ਗਏ ਨਿੱਕਾ ਨਿਆਣਾ ਨਹੀਂ ਹੋਇਆ ਇਹਦੇ ਹੈ ਕੀ ਗੱਲ ਕੋਈ ਨਾ ਕੋਈ ਅੜਚਣ ਤਾਂ ਲੱਗੀ ਹੋਈ ਹੈਗੀ ਐ ਇਹਦਾ ਗੱਲ ਆ ਬਾਬਾ ਨਿੱਕਾ ਨਿਆਣਾ ਕੀ ਭੈਣ ਕਿਹੜਾ ਚਾਚੇ ਪਹਿਲਾਂ ਤਾਂ ਆਪ ਦੰਦਾ ਲੈ ਕੇ ਬਹਿ ਗਿਆ ਇਹਦਾ ਸਾਨੂੰ ਮੇਰਾ ਵਿਆਹ ਨਹੀਂ ਕਰਾਉਂਦੇ ਵਿਆਹ ਨਹੀਂ ਕਰਾਉਂਦੇ ਹੁਣ ਜੇ ਕਰਾਇਆਗਾ ਫਿਰ ਹੁਣ ਕਿਹੜਾ ਦੂਜਾ ਆਉਣ ਦੇਣਾ ਸਾਨੂੰ ਮੈਂ ਨਹੀਂ ਬੋਲਦਾ ਥੋੜਾ ਚੱਲ ਪੰਡਤ ਤੇ ਵਗ ਜਾਣਾ ਦੇਖਾਂ ਪੰਡਤ ਤੇਰਾ ਕੀ ਲੱਲਰ ਲਾ ਦੂਗਾ ਪੰਡਤ ਥੋੜਾ ਸਾਲਾ ਕੰਜਰ ਕਲੇ ਜੜ ਚੋਂ ਕੱਢ ਲੂ ਜੜ ਚੋਂ ਐ ਕਲੇਸ਼ ਨੂੰ ਜੜ ਚੋਂ ਕੀ ਕੱਢੂ ਜੜ ਚੋਂ ਕੁੜੀ ਦਾ ਕੱਢ ਲੈ ਆਓ ਭੈਣ ਦੀ ਉਹ ਜੜ ਚੋਂ ਕੱਢੂਗਾ ਚਾ ਉੱਥੀ ਫੜਾ ਕੇ ਬੁਲਾ ਲੈਣਾ ਹੈ ਲੈ ਵੀਰੇ ਤੂੰ ਚੱਲ ਸਾਡੇ ਨਾਲ ਓਏ ਦਾ ਮਾੜੀ ਜਾਂਦਾ ਭਾਗੂਆ ਕਿ ਤੈਨੂੰ ਕੀ ਇੱਥੇ ਜਾਣ ਨੂੰ ਐ ਦੀ ਮਰਾਗ ਇੱਕ ਵਾਰ ਚਰਨ ਨੂੰ ਭਾਈ ਦਬਾ ਆ ਜਾਂਦਾ ਸੀ ਹੈ ਹੈ ਬੰਦਰ ਕਹਦਾ ਕੋਈ ਆਪਾ ਕਰਾ ਲਾਂਦੇ ਆ ਪੰਡਤ ਕੋਲ ਵਗ ਗਿਆ ਪੈਰ ਦੇ ਆ ਨੇ ਪੰਡਤ ਨੇ ਤਾਂ ਉਹਨੂੰ ਸਿੱਧੀ ਕਹਦਾ ਕਹਿੰਦਾ ਕੋਈ ਓਪਰੇ ਬੰਦੇ ਦੀ ਆ ਇਹਨੂੰ ਤਾਂ ਓ ਮਿੰਦਰ ਲਾਉਂਦਾ ਸੀ ਪਊਆ ਉਹਦਾ ਮੇਰੇ ਗੱਲ ਨੂੰ ਪੈ ਗਿਆ ਮੈਂ ਜਾ ਕੇ ਪੰਡਤ ਦਾ ਗੱਲ ਫੜ ਲਿਆ ਤੂੰ ਮਾਂ ਭੈਣ ਦਾ ਯਾਰਾ ਮੇਰਾ ਨਾ ਰੱਖਿਆ ਕਿਉਂ ਇਹਦਾ ਹੱਥੋਂ ਪਾਈ ਹੋ ਗਏ ਤੇ ਸਾਡੀ ਨਹੀਂ ਬਣਦੀ ਚੱਲ ਫਿਰ ਤਾਂ ਚੱਲਦੇ ਪੰਡਤ ਲਵੇ ਸੱਚੀ ਦੱਸ ਦੇ ਹਾਂ ਸਾਡੀ ਨਹੀਂ ਬਣਦੀ ਲੱਗ ਜੂ ਪਤਾ ਉੱਥੇ ਕੀ ਕਹਿੰਦਾ ਕੀ ਨਹੀਂ ਕਹਿੰਦਾ ਉੱਥੇ ਨਾਲੇ ਮੰਮੀ ਜੀ ਬਾਰੇ ਗਲਤ ਮਲਤ ਨਹੀਂ ਬੋਲਣਾ ਮੇਰੀ ਗੱਲ ਸੁਣ ਲੈ ਕਮਜ਼ੋਰੀ ਆਈ ਹੋਇਆ ਕਿਤੇ ਜਾ ਕੇ ਉੱਥੇ ਤੇਰੀ ਭਰਜਾਈ ਨੂੰ ਕਹਦੇ ਮੰਮੀ ਜੀ ਬਾਰੇ ਕੁਝ ਐਵੇਂ ਟੈਕ ਟੂ ਕਾ ਦੇ ਕੋਈ ਉਹ ਨਹੀਂ ਕਹਿੰਦਾ ਮੈਂ ਮਰੀ ਜਾਊਗਾ ਚੱਲ ਚਾਹ ਪੀ ਲਾ ਬੱਲਾ ਕਿਹੜੀ ਪਿਊ ਇਹ ਬੁਗਣਾ ਇਹ ਕਹਿੰਦਾ ਮੌਸ ਨੂੰ ਰੋਟੀ ਨਹੀਂ ਖਵਾਈ ਕਹਿੰਦੀ 2 ਲੱਖ ਰੁਪਿਆ ਮੌਸ ਨੂੰ ਗਿਆ ਪਤਾ ਮੈਨੂੰ ਸਾਰਾ ਓ ਯਾਰ ਆ ਉਰੀ ਆਉਣਾ ਟਿਕ ਜਾ ਤੂੰ ਟਿਕ ਜਾ ਮੇਰਾ ਸਾਲਿਆ ਟਿਕ ਜਾ ਟਿਕ ਜਾ ਫਿਰ ਕਹੇਗਾ ਭੈਣ ਦਾ ਗਾਂ ਵੀ ਹੱਥ ਸਾਫ਼ ਕਰਤਾ ਆਗੂਆ ਚਾਹ ਤਾਂ ਪੀਜੋ ਰੱਬ ਦੇਖਦਾ ਹੀ ਹੈ ਤਾਂ ਹੀ ਤਾਂ ਹੁਣ ਤੱਕ ਤੇਰੀ ਕੁੱਖ ਨਹੀਂ ਸਲਖਣੀ ਹੋਈ ਐਡਾ ਹੰਕਾਰ ਨਾ ਕਰ ਕੀ ਪਤਾ ਤੁਹਾਡੇ ਵੀ ਨਾ ਕੁਝ ਹੋਵੇ ਫੈਂਗਰੀ ਫਿਰਦੀ ਆ ਕੱਲ ਦੀ ਭੂਤਨੀ ਸਿਵਿਆਂ ਤਾਂ ਅੱਧ ਆਹੀ ਨਹੀਂ ਲਈ ਜਾਂਦੀ ਹੈਗੀ ਮਿਸ ਯੂ ਟੂ ਜਾਨ ਮੈਂ ਵੀ ਤੈਨੂੰ ਬਾਹਲਾ ਯਾਦ ਕਰਦਾ ਕੋਈ ਨਾ ਟੈਨਸ਼ਨ ਕਿਉਂ ਲੈਣੀ ਆ 14 ਅਪਰੂਵ ਲੈ ਕੇ ਦੇਊਂ ਤੈਨੂੰ ਐਤਕੀ ਆਹ ਬਸ 2 ਹਾਵਨ ਹੋਰ ਆ ਗਏ ਕਣਕ ਵਾਲ ਤੋਂ ਇਹ ਦੂਆ ਤੇਰਾ ਫੋਨ ਪੱਕਾ ਹਰੀ ਓਮ ਹਰੀ ਓਮ ਹਰੀ ਓਮ ਦਰਸ਼ਨ ਕਰੀਏ ਨਾਲੇ ਭੁੱਲ ਬਖਸ਼ਾਈਏ ਕਈ ਵਾਰ ਕੋਈ ਭੁੱਲ ਭੱਲ ਹੋ ਜੇ ਸਾਤੋਂ ਹੈ ਚਲੋ ਵਧੀਆ ਜਜਮਾਨ ਭਾਈ ਹੁਣ ਤਾਂ ਤੁਸੀਂ ਆਉਂਦੇ ਨਹੀਂ ਮਹਾਰਾਜ ਜੀ ਤੁਹਾਨੂੰ ਪਤਾ ਹੀ ਹੈ ਜੀ ਜਦੋਂ ਡੰਡਾ ਚੜ੍ਹਦਾ ਫੇਰੇ ਭੱਜਦਾ ਬੰਦਾ ਹੈ ਵਕੀਲਾਂ ਕੋਲੇ ਕੌਣ ਜਾਂਦਾ ਰੋਜ਼ ਕੌਣ ਪੰਡਤਾਂ ਕੋਲੇ ਜਾਂਦਾ ਵਕੀਲ ਤੇ ਪੰਡਤ ਕੋਲੇ ਉਹਦੀ ਜਾਂਦੇ ਨੇ ਜਦੋਂ ਕਿਸੇ ਪਾਸੇ ਰਾਹ ਰਾ ਮਿਲੇ ਪਤਾ ਭਾਈ ਜਦੋਂ ਉਖਲੀ 'ਚ ਸਿਰ ਆਉਂਦਾ ਫੇਰ ਆਉਂਦੇ ਸਾਡੇ ਕੋਲੇ ਤਾਂ ਤੂੰ ਤੇ ਮੱਛਰ ਮੱਛਰ ਗੱਲ ਕਰ ਭਾਈ ਪਤਾ ਆਪਾਂ ਕੋਈ ਨਾ ਮੱਛਰ ਮੁੱਛਰ ਓਏ ਬੋਲਿਆ ਮੱਛਰ ਮੁੱਛਰਾਂ ਨਾਲ ਖਾ ਲਾ ਓਏ ਤੂੰ ਐਵੇਂ ਕੋਈ ਗੰਗੜਾ ਕੋਈ ਗੱਲ ਨਹੀਂ ਆਪੋ ਵੀ ਲਈਏ
मैं पुछदा महाराज जी भी पत्री देखो साढ़े घर उपर दी ऐडा ग्रह ऐडा कष्ट ऐडा कलेश दलिद्रता का जाती नहीं है मेरे साल में गोदिया चक चक पालिया होया है साढ़े कलेस नहीं आता दोनों भाइयों चो जिदे भी जसे ब्याह कर जसे का सारा पुछ पड़ताल थोड़े पिता जी तो कढ़ा के लगे पांडा जी तो हम तो चल गए चल गया अस चल जाने कहते है वो ब्याह कढ़ा के लै गए सारे गुण मिलाए से ये ना है ना तो घर च खुशी आई उदू बाद भी चलो समझ गए तुम हूँ ना तो कोई निके नेने का कोई सुख देखा जी है ये ना दिखा जे इसको जवाक निके नेने स्कूलों भी जान लग पे हो जूगा भाई हल सोडा बड़े बड़े हल करते ना उदू बाद साढ़े घर के दवा भाई थवाक रहा है बाबा जी मेन तो मैं तुम गल एक होर दस देना देखो जी मैं हूँ चाहे तो छोड़ना जी पर मैं मानता कि इन ठीक है इन्हें मैनू बाप वांगू पालिया जी पर मैं सारा दिन जी आपदा हट तड़ाई जाना सारा दिन मैं काम करता जी होर साडे परिवार चो कोई डक्का नहीं तोड़दा जी सारे काम सारे करदे ने पंडित जी मेरे गिट्टे गोडे हुण काम नहीं करदे काम सारे करदे ने हैं जिन्ना कि मेरे तो बणदा मैं काम करी जांदा पहला तां काका तू दस पैंदा किथे आ तू ओए तू ते मक्खियां वाला दा कहंदे मक्खियां वाला ओए हट जा पुत्त हट जा अंबो ने दिता बुलाया ना कदे रोटी खवाई दिवाली दशहरे असीं भाई आपदी गलतियां मानदे आ महाराज जी तुसीं देखो भी पापा की है कि साढ़े घर किसी ने करता कोई कि कराता साढ़े घर कोई जरा साढ़े घर के एक दूजे देख के नहीं चरते देख लें भाई देख लें तू टेंशन ना ले बहुत हल करे ने लोगों के इंस्टाग्राम से 1.5 लाख फॉलोअर है बहुत मुंडे कुड़ियां आउंदे ने ओ बाबा जी मैनूं पता थोड़े इंस्टाग्राम बारे तां तुसीं ओ पा जिहड़ा तुसीं लैण आए ना तुसीं माड़ा मोटा दसो अरे ऐ पड़क इंस्टाग्राम बारे ना तुसीं दसो ऐ पड़क मुठ करनी बशी करनी दा सब तो तकड़ा काम आ अपना पूरे इंडिया दे गंदे मंदे काम नहीं सी कराउणे ਆ ਕਿਹੜੀਆਂ ਕਰਨੀਆਂ ਕੋਈ ਨਹੀਂ ਆਈਆਂ ਜੀ ਨੇ ਤੁਸੀਂ ਤਾਂ ਤੁਸੀਂ ਸਪੈਸ਼ਲਿਸਟ ਹੈ ਤੁਸੀਂ ਦੇਖੋ ਮਾੜਾ ਪਹਿਲਾਂ ਤਾਂ ਕਾਕਾ ਭਾਈ ਤੂੰ ਐਂ ਦੱਸ ਤੁਸੀਂ ਪੈਂਦੇ ਕਿੱਥੇ ਹੋ ਤੂੰ ਤੇ ਤੇਰੀ ਜਨਾਨੀ ਕਿੱਥੇ ਪੈਣਾ ਹੁੰਦਾ ਘਰੇ ਪੈਂਦੇ ਆ ਜੀ ਤਾਰਿਆਂ ਦੀ ਛਾਵੇਂ ਪੈਂਦੇ ਹੋ ਕਿ ਅੰਦਰ ਪੈਂਦੇ ਹੋ ਭਈਆਂ ਦੱਸ ਅੰਦਰ ਹੀ ਪਵਾਂਗੇ ਜੀ ਹੁਣ ਸੀਜ਼ਨ ਦਾ ਟਾਈਮ ਹੈ ਗਰਦਗਵਾਰ ਹੁੰਦਾ ਬਾਹਰ ਦਾ ਬਹੁਤ ਹਜੇ ਤਾਂ ਹੁਣ ਤਾਂ ਪਏ ਵੀ ਨਹੀਂ ਇਹ ਜੀ ਹੁਣ ਤਾਂ ਕੱਲੀ ਹੁੰਦੀ ਸੀ ਪਰ ਹੁਣ ਪੈਣ ਲੱਗੀ ਓਏ ਚੁੱਪ ਕਰ ਜਾ ਓ ਤੂੰ ਪੌਂਕੀ ਆਇਆ ਕੁੱਤਿਆਂ ਵਾਂਗੂ ਚੱਲ ਭਈ ਐਂ ਦੱਸ ਵੀ ਤੁਹਾਡਾ ਸਿਰ ਕਿੱਧਰ ਹੁੰਦਾ ਲੱਤਾਂ ਕਿੱਧਰ ਹੁੰਦੀਆਂ ਤੁਸੀਂ ਪੈਂਦੇ ਕਿਵੇਂ ਹੋ ਮੈਨੂੰ ਗੁਸਲਖਾਨੇ ਦਾ ਕੀ ਪਤਾ ਕਿੱਧਰ ਨੇ ਚੜ੍ਹਦੇ ਪਾਸੇ ਦੱਖਣ ਕਣੀ ਹੈ ਜੀ ਸਾਡਾ ਗੁਸਲਖਾਨਾ ਦੱਖਣ ਕਣੀ ਹੈ ਲੱਤਾਂ ਤਾਂ ਕਿੱਧਰ ਵੀ ਹੋ ਸਕਦੀਆਂ ਨੇ ਬੰਦੇ ਦੀਆਂ ਜੀ ਨੀਚ ਨਹੀਂ ਪਤਾ ਲੱਗਦਾ ਇਹਦਾ ਮਤਲਬ ਇਹ ਹੈ ਆਈ ਹੈ ਜੀ ਭਰਾ ਤੂੰ ਤੇ ਕਿਉਂ ਬੋਲੀਆਂ ਮਰੀਆਂ ਨਾ ਪੁੱਤ ਤੂੰ ਮੈਂ ਕੀ ਕਹਿਣ ਆ ਗਈ ਭਾਈ ਗੱਲ ਦਾ ਸਾਹਿਬ ਚ ਹਾਂ ਅਸਲ ਦੋਸ਼ ਰਾਹੂ ਤੇ ਕੇਤੂ ਦਾ ਤੇਰੇ ਘਰ ਵਾਲੀ ਤੇ ਰਾਹੂ ਭਾਰੂ ਹੈ ਇਹਦੇ ਘਰ ਵਾਲੀ ਤੇ ਕੇਤੂ ਭਾਰੂ ਹੈ ਦੋਨਾਂ ਦੀ ਆਪ ਚ ਬਣਦੀ ਨਹੀਂ ਇੱਟ ਕੁੱਤੇ ਦਾ ਵੈਰ ਹੈ ਇਹ ਰਾਹੂ ਕੇਤੂ ਦਾ ਸੀ ਕੀ ਦੱਬ ਲਿਆ ਨਾ ਮਲੰਗਾਂ ਦਾ ਭੈਣ ਚੋਦਾਂ ਦਾ ਇਹ ਉਹ ਗ੍ਰਹਿ ਨੇ ਭਾਈ ਗ੍ਰਹਿ ਨੇ ਇਹ ਤੂੰ ਗਾ ਆਹੋ ਇਹ ਗ੍ਰਹਿਆਂ ਦੀ ਸੀ ਕੀ ਦੱਬ ਲਿਆ ਹੈ ਅਸੀਂ ਇਹਨੇ ਮਲੰਗਾਂ ਦਾ ਦੱਸ ਉਹ ਤਾਂ ਕੁੰਡਲੀ ਦੇ ਹਿਸਾਬ ਨਾਲ ਹੁੰਦੇ ਨੇ ਜਨਮ ਤਰੀਕ ਦੇ ਹਿਸਾਬ ਨਾਲ ਅੱਛਾ ਹੋ ਜੂਗਾ ਹੱਲ ਤਾਂ ਪਰ ਕੀ ਹੈ ਰਾਹੂ ਤੇ ਕੇਤੂ ਨੂੰ ਅੱਡੋ ਅੱਡ ਕਰਨਾ ਪਊ ਹਫ਼ਤੇ 10 ਦਿਨ ਵਾਸਤੇ ਪਿੰਡ ਛੱਡ ਕੇ ਆਉਣੀਆਂ ਪੈਣਗੀਆਂ ਜਨਾਨੀਆਂ ਤੁਹਾਨੂੰ ਐ ਕਿਵੇਂ ਬਾਬਾ ਜੀ ਪਿੰਡ ਛੱਡ ਦਈਏ ਹੁਣ ਤਾਂ ਮੈਂ ਆਗਾ 2 ਦਿਨ ਮਹੀਨਿਆਂ ਬਾਅਦ ਮਸ਼ੀਨ ਤੋਂ ਨਾ ਛੱਡੋ ਭਾਈ ਕਰੀ ਜਾਓ ਕਲੇਸ਼ ਫਿਰ ਮੇਰੇ ਕੋਲੇ ਕਾਹਨੂੰ ਆਏ ਤੇ ਮਹਾਰਾਜ ਜੀ ਕੋਈ ਹੋਰ ਹੱਲ ਨਹੀਂ ਹੈਗਾ ਵੀ ਜਨਾਨੀਆਂ ਵੀ ਇੱਥੇ ਰਹਿ ਜਾਣਾ ਹੋਰ ਹੱਲ ਹੈਗਾ ਭਾਈ ਹੈ 55,000 ਦਾ ਹਵਨ ਹੋਊਗਾ ਭਾਈ ਘਰੇ ਕਰ ਦਿੰਨਾ ਘਰੇ ਹੁਣ ਨਾ ਕਰਾਓ ਜੀ ਜਾ
ਅੱਗ ਜਾਊਗੀ ਲੱਗ ਜੀ ਘੋੜੇ ਨਾਲ ਵਜਾ ਕੇ ਰੁਕੂ ਅੱਗ ਕਿਹੜਾ ਕਰੂ ਹਾਵਨਾ ਹੁਣ ਤਾਂ ਫੇਰ ਬਗਰੇਡ ਜੀ ਵਾਲੇ ਵੀ ਨਹੀਂ ਹੁੰਦੇ ਕਿਸ ਨੂੰ ਹੋਰੇ ਅੱਗਾਂ ਬਹੁਤ ਲੱਗੀਆਂ ਪਈਆਂ ਨੇ ਘਰੇ ਨਾਲ ਜੀ ਕਰੋ ਤੁਸੀਂ ਆਪਣ ਜਦ ਤੱਕ ਕਹੋ ਅਸੀਂ ਉਰੇ ਆ ਜਾਂਦੇਗੇ ਤੁਹਾਡੇ ਉਹ ਕੋਠੀ ਚ ਕਰ ਦਿੰਦੇ ਜੀ ਹਵਨ ਉਰੇ ਨਹੀਂ ਬਾਈ ਹੋਊਗਾ ਤਾਂ ਘਰੀ 10 ਦਿਨ ਠਹਿਰ ਕੇ ਕਰ ਦਾਂਗੇ ਮਹਾਰਾਜ ਜੀ ਕੋਈ ਹੋਰ ਹੱਲ ਨਹੀਂ ਹੈਗਾ ਵੀ ਜਨਾਨੀਆਂ ਬੇਥੀ ਰਹਿ ਜਾਣ ਵੀ ਆਪਾਂ ਅੱਗ ਉੱਗ ਵਾਲਾ ਕੰਮ ਨਾ ਕਰੀਏ ਐਵੇਂ ਫਸਲ ਦਾ ਕੰਮ ਹੈ ਅੱਗ ਨਾ ਲਵਾਈ ਜੀ ਜਾਹਣ ਤੈਨੂੰ ਕਹੀ ਹੱਲ ਤਾਂ ਬਾਈ ਇਹ ਦੋ ਹੀ ਨੇ ਅੱਗੇ ਤੁਹਾਡੀ ਮਰਜ਼ੀ ਹੈ ਵੀ ਕਰਨਾ ਕਿਹੜਾ ਜਾਂ ਤਾਂ ਤੀਵੀਆਂ ਭੇਜ ਦੋ ਆਪਦੀਆਂ ਪੇਕਿਆਂ ਨੂੰ 10-10 ਦਿਨਾਂ ਵਾਸਤੇ ਜਾਂ ਫਿਰ 51,000 ਵਾਲਾ ਹਵਨ ਹੈ ਸਾਰੀ ਉਮਰ ਸੈੱਟ ਰਹੂ ਕੰਮ ਤੁਹਾਡਾ ਭੇਜਣ ਨਾਲ ਕੀ ਹੋਦੀ ਬਾਬਾ ਜੀ ਪਰ ਉਹ ਰਾਹੂ ਕੇਤੂ ਭਾਈ ਹਾਂ ਰਾਹੂ ਕੇਤੂ ਉਹਨਾਂ ਦੀ ਦਸ਼ਾ ਹੈ ਇੱਕ ਦੂਜੇ ਨੂੰ ਦੇਖ ਕੇ ਨਹੀਂ ਜਰਦੇ ਨਹੀਂ ਭਾਈ ਲੜੀ ਜਾਓ ਸਾਰੀ ਉਮਰ ਫਿਰ ਦੋਏ ਭਾਈ ਪਾੜੀ ਜਾਓ ਸਿਰ ਕਿੰਨਾ ਕੁ ਟਾਈਮ ਭੇਜਣੀਆਂ ਪੈਣੀਆਂ ਜੀ 10 ਕੁ ਦਿਨਾਂ 'ਚ ਕੰਮ ਠੀਕ ਆ ਜੂ ਭਾਈ ਇਸੇ ਦੀ ਗੱਲ ਹੈ ਵੀ ਬਾਬੇ ਜੀ ਸਹੀ ਹੈ ਜੇਗਾ ਹਮਨ ਹੋਮਣਾ ਦਾ ਆਪਾਂ ਖਾਰ ਲਾਂਗੇ ਰੋਟੀ ਟੁੱਕ ਤਾਂ ਪਾ ਪੇ ਸਾਰ ਲਾਂਗੇ ਜਦੋਂ ਹਮ ਰਾਹੂ ਕੇਤੂ ਨੂੰ ਦੇਖ ਕੇ ਨਹੀਂ ਜਰਦਾ ਕੇਤੂ ਰਾਹੂ ਨੂੰ ਦੇਖ ਕੇ ਨਹੀਂ ਜਰਦਾ ਸਾਹਮਣੋ ਸਾਹਮਣੇ ਹੁੰਦੇ ਨੇ ਤਾਂ ਲੜਦੇ ਨੇ ਉਹ ਆਪਦੇ ਸਿਰ 'ਤੇ ਚੜ੍ਹ ਕੇ ਇਹਨਾਂ ਦੇ ਜਦੋਂ ਆਪਾਂ ਅੱਡੋ ਅੱਡ ਕਰਤੇ ਰਾਹੂ ਆਪਦੇ ਘਰੇ ਮੁੜ ਜੂਗਾ ਹੈ ਕੇਤੂ ਭੈਣ ਕਿਹੜਾ ਕਿ ਆਪਦੇ ਘਰੇ ਮੁੜ ਜੂ ਆਪਾਂ ਕੀ ਕਰਾਉਣਾ ਆਪਣੀਆਂ ਜਨਾਨੀਆਂ ਫੇਰ ਆ ਜਾਣਗੀਆਂ ਮੁੜ ਕੇ ਕਿਤੇ ਆਪਾਂ ਦੇਖੇ ਤਾਂ ਨਹੀਂ ਆਪਦੀ ਪਹੀ ਦੇ ਖੜੇ ਨਾ ਰਾਹੂ ਨਾ ਕੇਤੂ ਉਹ ਤੂੰ ਚੁੱਪ ਕਰ ਜਾ ਗ੍ਰਹਿ ਹੁੰਦੇ ਨੇ ਫਿਰ ਗ੍ਰਹਿ ਤਾਂ ਜੀ ਭੈਣਾਂ ਨਾਲ ਉੱਥੇ ਹੀ ਪਿਛਾ ਚ ਭਾਬੀ ਨਾਲ ਤਾਂ ਜੀ ਜਾ ਸਕਦੇ ਨੇ ਗ੍ਰਹਿ ਜੀ ਬਾਬਾ ਜੀ ਹੈ ਮਹਾਰਾਜ ਜੀ ਤੂੰ ਵੀ ਜਾ ਸਕਦਾ ਭਾਈ ਬਾਬਾ ਹਾਂ ਭਾਈ ਤੂੰ ਚੁੱਪ ਕਰ ਜਾ ਪੁੱਤ ਬਣ ਕੇ ਕਿਉਂ ਸਿਰ ਖਾਣਾ ਮੈਂ ਬੋਲਦੀ ਨਹੀਂ ਜਾ ਚੁੱਪ ਕਰਕੇ ਬੈਠ ਨਹੀਂ ਬਾਬਾ ਜੀ ਜਦੋਂ ਮਤਲਬ ਹੁਣ ਆਪਾਂ ਉਹ ਤੋਰਦੇ ਆ ਜੀ ਤੇ ਇਸ ਤੋਂ ਬਾਅਦ ਆਉਣ ਤੋਂ ਬਾਅਦ ਤੁਸੀਂ ਗਰੰਟੀ ਦੇ ਸਕਦੇ ਹੋ ਵੀ ਸਾਡੇ ਪਰਿਵਾਰ ਦਾ ਮਾਹੌਲ ਠੀਕ ਹੋਊਗਾ ਮਹਾ ਪੱਕੀ ਗਰੰਟੀ ਆ ਬਈ ਆਪਣੀ ਤੋਰਨੀਆਂ ਕਦੋਂ ਪੈਣੀਆਂ ਮਹਾਰਾਜ ਜਿੰਨੀ ਛੇਤੀ ਤੋਰਦਾ ਉਹ ਨਹੀਂ ਜਿੰਨੀ ਛੇਤੀ ਤੋਰੋਗੇ ਭਾਈ ਘਰ ਦੀ ਦਸ਼ਾ ਉਨੀ ਛੇਤੀ ਸੈੱਟ ਆਊਗੀ ਮੈਂ ਤਾਂ ਕਹਿੰਦਾ ਤੜਕੀ 7 ਵਜੇ ਦੇ ਨੂੰ ਤੋਰ ਦੋ ਦੋਨਾਂ ਨੂੰ ਐ ਓਏ ਤੂੰ ਸਾਰ ਲੈਂਗਾ ਅੱਜ ਕਹਿੰਦੀ ਐ ਮੈਂ ਤਾਂ ਫਿਰ ਜਿੱਥੇ 2 ਮਹੀਨੇ ਹੋਰ ਸਾਰ ਲੈ ਮਹੀਨਾ ਹੋਰ ਸਾਰ ਨੂੰ ਹੋਰ ਕੀ ਆ ਫਿਰ ਕਿਹਦੇ ਨੇ ਇਧਰੇ ਅੱਗ ਲੱਗਦੀ ਇਹ ਸੜਕਾਂ ਨੂੰ ਹੀ ਭੌਂਕੀ ਜਾਂਦਾ ਹੈਗਾ ਧਰ ਦੇ ਭਾਈ ਤੂੰ ਇਹਨੂੰ ਧਰ ਦੇ ਫੜਾਓ ਇਧਰ ਦੇਖਤਾ ਲੈ ਕੇ ਬਾਹਰ ਅੰਦਰ ਆਇਆ ਹੋਇਆਗਾ ਮਹਾਰਾਜ ਜੀ ਕੋਈ ਇਹਦੇ ਉੱਪਰ ਦੀ ਦੇਖੋਗੇ ਆਪਾਂ ਇਹ ਸਾਲਿਆ ਜੱਸੇ ਦਾ ਕੋਈ ਬਾਲੀਆਂ ਬੌਲ ਜੇ ਮਾਰਦਾ ਹੈ ਕੋਈ ਕੋਈ ਦਾ ਹੱਲ ਹੁੱਲ ਹੋ ਜੀਦੇ ਤਾਂ ਮੱਥੇ ਦੀਆਂ ਤਕਦੀਰਾਂ ਹੀ ਬਹੁਤ ਗਲਤ ਨੇ ਭਾਈ ਇਹਦਾ ਕਿਤਾਬਾਂ 'ਚ ਸ਼ਾਸਤਰਾਂ 'ਚ ਕੋਈ ਹੱਲ ਨਹੀਂ ਹੁੰਦਾ ਧਨੌਲੇ ਲੈ ਜਾਓ ਧਨੌਲੇ ਮਤਲਬ ਕੋਈ ਵੱਡਾ ਪੰਡਤਾ ਜੀ ਉਹਦੇ ਨਾਲ ਲੈ ਕੇ ਜਾਈਏ ਜੀ ਹਸਪਤਾਲ ਆ ਭਾਈ ਬਿਜਲੀਆਂ ਲੱਗਣੀਆਂ ਚੱਲ ਚੰਗਾ ਮਹਾਰਾਜ ਜੀ ਫਿਰ ਚੰਗਾ ਜਜਮਾਨ ਮੈਂ ਤੁਹਾਨੂੰ ਐਂ ਕਹਿੰਦੀ ਕੋਈ ਮੇਰੀ ਬਹੂ ਉੱਪਰ ਦੀ ਤਾਕਤ ਵੀ ਦੇ ਦਿੰਦੇ ਜੀ ਉਹ ਦਿਨ ਜੇ ਟਲ ਗਏ ਉਹਨੂੰ ਪਹਿਲਾਂ ਇਹ ਕਰੋ ਭਾਈ ਸਾਡਾ ਆਪਸ ਵਿੱਚ ਮੋਹ ਪਿਆਰ ਬਣਿਆ ਰਹੇ ਮਾੜਾ ਦੇ ਦਿਓ ਜੇ ਹੋਊਗਾ ਕੋਈ ਗੱਲ ਨਹੀਂ ਭਾਈ ਮੈਂ ਆਊਂਗਾ ਫਿਰ ਆਊਂਗਾ ਕਰੇ ਉਦੋਂ ਦਿਉ ਤਵੀਰ ਦੇ ਕੇ ਜਾਊਂਗਾ ਤੁਸੀਂ ਐਂ ਕਰੋ 1100 ਰੁਪਏ ਫੀਸ ਦੇ ਕੇ ਜਾਓ ਮੇਰੀ 1100 ਕਹਦਾ ਬਾਬਾ ਜੀ ਇਹ ਤਾਂ 10 ਰੁਪਏ ਸ਼ਰਤਾਂ ਦਾ ਮੱਥਾ ਹੁੰਦਾ 10 ਰੁਪਏ ਨਹੀਂ ਭਗਤ 800 ਦੀ ਤਾਂ ਮੇਰੀ ਸਪਰੇ ਹੀ ਮਾਰ ਗਿਆ ਇਹ ਓਏ ਬੱਸ ਕਰ ਕੋਈ ਨਾ ਸੱਟ ਲੱਗ ਰਹੀ ਚੰਗਾ ਮਾਰ ਦੇ ਜਾਂਦੇ ਚੰਗਾ ਬਾਬਾ ਜਿਉਂਦੇ ਰਹੋ ਭਾਈ ਖੁਸ਼ ਰਹੋ ਠੀਕ ਹੈ ਜੀ ਆਉਂਗੇ ਘਰੇ ਨਾ ਦਰਸ਼ਨ ਕਰੋ ਦੇਵਾਂਗੇ ਤੁਹਾਨੂੰ ਫਿਰ ਦੱਸਣਾ ਚਲ ਚੰਗਾ ਆ ਗਿਆ ਮੈਂ ਬਾਬੇ ਨਾਲ ਗੱਲ ਕਰ ਲਾਂ ਮੜੀ ਜੀ ਆ ਲੈ ਤੁਸੀਂ ਜਾਓ ਫਰੀ ਦਾ ਕੰਮ ਕਰਾਉਂਦੇ ਹੋ ਭਾਈ ਤਾਂ ਹੀ ਤਾਂ ਲੱਗਦਾ ਓ ਭਾਈ ਸਾਹਿਬ ਹਾਂਜੀ ਚਾਚਾ ਜੀ ਐਤਕੀ ਨਾ ਕਬੂਤਰੀ ਮੈਂ ਤੇਰੇ ਨਾਂ ਦੀ ਲਊਗਾ ਕਮਾਂਡ ਲਈ ਪਹਿਲਾਂ ਮੈਂ ਪ੍ਰੀਤ ਦੇ ਨਾਂ ਦੀ ਕਬੂਤਰੀ ਪਾਲੀ ਹੋਈ ਆ ਚਾਚਾ ਜੀ ਮੈਨੂੰ ਤਾਂ ਇਹਨਾਂ ਚੀਜ਼ਾਂ ਬਾਰੇ ਨੌਲੇਜ ਨਹੀਂ ਹੈਗੀ ਚਲ ਕੋਈ ਗੱਲ ਪਤਾ ਸ਼ਾਬਾਸ਼ ਨੀ ਤੇਰੇ ਨੀ ਸਵੇਰੇ ਤਾਂ ਮੇਰੇ ਚਾਚੇ ਨੂੰ ਕੀ ਬੋਲਦੀ ਸੀ ਹੈ ਹੁਣ ਮੇਰੇ ਚਾਚੇ ਤੋਂ ਤੂੰ ਕੰਮ ਕਰਾਨੀ ਆ ਨਾ ਹੁਣ ਚਾਚੇ ਨੂੰ ਗੁੜ ਲੱਗ ਗਿਆ ਨਾਲੇ ਚਾਚਾ ਜੀ ਤੁਸੀਂ ਤਾਂ ਸ਼ਰਮ ਕਰ ਲਓ ਮਾੜੀ ਮੋਟੀ ਪਹਿਲਾਂ ਤੁਹਾਨੂੰ ਮੈਨੂੰ ਪਿੰਡ ਚੋਂ ਲਾਂਬੇ ਦਵਾਤੇ ਨਾ ਹੁਣ ਇਹਦਾ ਪਤਾ ਨਹੀਂ ਕਦੋਂ ਇਲਜ਼ਾਮ ਲਾ ਕੇ ਤੁਹਾਡੇ ਤੇ ਪੁਲਿਸ ਚੜਾ ਕੇ ਲਿਆਵੇ 100 ਵਾਰੀ ਤਾਂ ਇਹਨੇ ਤੂਤਾਂ ਕਟਵਾਤਾ ਝੂਠੇ ਇਲਜ਼ਾਮਾਂ 'ਚ ਉਹ ਚੱਲ ਕੋਈ ਨਾ ਭਾਈ ਮੈਂ ਤਾਂ ਤੁਹਾਡੇ ਦੋਹਾਂ 'ਚ ਕੋਈ ਫਰਕ ਨਹੀਂ ਸਮਝਿਆ ਤੂੰ ਵੀ ਸਾਡੀ ਕੁੜੀ ਹੈ ਇਹ ਵੀ ਸਾਡੀ ਕੁੜੀ ਹੈ ਨਾਲ ਮੈਂ ਤੁਹਾਡੇ ਘਰ ਦੇ ਰੌਲੇ 'ਚ ਕੀ ਲੈਣਾ ਚਾਚੇ ਤੂੰ ਤਾਂ ਨਹੀਂ ਫਰਕ ਸਮਝਦਾ ਪਰ ਇਹ ਤਾਂ ਸਮਝਦੀ ਆ ਨਾ 100-100 ਕੁਛ ਬੋਲੀ ਐ ਸਵੇਰੇ ਕਹਿੰਦੀ ਬੇਲੇ ਖਾਂਦੇ ਨੇ ਤੇਰਾ ਭਾਈ ਤੇ ਤੇਰਾ ਚਾਚਾ ਉਹ ਚੱਲ ਕੋਈ ਨਾ ਭਾਈ ਮੈਂ ਤੁਹਾਡੇ ਦੋਹਾਂ 'ਚ ਫਰਕ ਨਹੀਂ ਸਮਝਿਆ ਨਾਲੇ ਚਾਚੇ ਮੈਨੂੰ ਨਹੀਂ ਪਤਾ ਆ ਹੱਥ ਬਣਾ ਲਾ ਮੇਰੇ ਤੋਂ ਤੂੰ ਪਿੰਡ ਵਗ ਜਾ ਨਾਲੇ ਹੁਣ ਜੱਸਾ ਆ ਗਿਆ ਚੱਲ ਤੂੰ ਬਾਹਰ ਆ ਜਾ ਬਸ ਓ ਤੂੰ ਜਿਹਦਾ ਕਮਰਾ ਆਪੇ ਸਾਫ ਕਰ ਲੂਗੀ ਤੂੰ ਆ ਜਾ ਤੂੰ ਠੇਕਾ ਲਿਆ ਇਹਨਾਂ ਦਾ ਪ੍ਰੀਤ ਬਿਨਾ ਗੱਲ ਤੋਂ ਵਧਾਂਦੀ ਐ ਹੈ ਬਾਈ ਮੈਨੂੰ ਪੰਡਤ ਦੀ ਗੱਲ 'ਚ ਦਮ ਜਾ ਲੱਗਿਆ ਨਹੀਂ ਹੈਗਾ ਨਾ ਹੁਣ ਆਪਾਂ ਉਹਨਾਂ ਨੂੰ ਕੀ ਕਹੀਏ ਚੁੱਪ ਕਰ ਓਏ ਤੂੰ ਕਿਉਂ ਦਮ ਕਿਵੇਂ ਲੱਗਿਆ ਹੈਗਾ ਨਾ ਹੁਣ ਉਹਨੂੰ ਆਪਾਂ ਕੀ ਕਹੀਏ ਵੀ ਆਪਾਂ ਹਾਮਣ ਕਰਾਉਣਾ ਤੁਸੀਂ ਪੇਕੇ ਨੂੰ ਵਗ ਜਾਓ ਓਏ ਮੇਰੇ ਸਾਲੇ ਦੇ ਘਰ ਵਸਾਉਣ ਲਈ ਬਹੁਤ ਕੁਛ ਕਰਨਾ ਪੈਂਦਾ ਹੈ ਹਾਮਣ ਕਰਾ ਕੇ ਇੱਥੇ ਕਣਕਾਂ ਨੂੰ ਅੱਗ ਲਾਵਾਂਗੇ ਆਪਾਂ ਹੈ ਮੇਰੀ ਗੱਲ ਸੁਣ
ਬਹੂਆਂ ਜੇ ਪੇਕੇ ਭੇਜ ਦਿੰਦੇ ਹਾਂ ਉਹਨੂੰ ਤੂੰ ਆਪਦੇ ਲਈ ਭੇਜ ਦੇ ਮੈਂ ਆਪਦੇ ਲਈ ਭੇਜ ਦਿੰਦਾ ਓਏ ਉਹੀ ਤਾਂ ਗੱਲ ਆ ਕਿਵੇਂ ਭੇਜੀਏ ਹੁਣ ਐਂ ਦੱਸੀਏ ਵੀ ਅਸੀਂ ਪੰਡਿਤ ਕੋਲ ਗਏ ਸੀਗੇ ਦੋ ਦੋ ਮਾਰ ਬੂਥੜ ਤੇ ਮੇਰੇ ਸਲੀਆਂ ਜਾ ਕੇ ਤੂੰ ਆਪਦੇ ਨੂੰ ਢਾ ਲਾ ਮੈਂ ਮੇਰੇ ਨੂੰ ਢਾ ਲੈਣਾ ਆਪੀ ਭਾਜਣੀਆਂ ਕੁੱਟ ਕੇ ਭਜਾ ਦੇਣਾ ਮੇਰੇ ਸਲੀਆਂ ਦੋ ਮਹੀਨਿਆਂ ਬਾਅਦ ਤਾਂ ਮੈਂ ਆ ਸੌ ਕੁਛ ਮਾੜਾ ਮੋਟਾ ਹਾਲ ਚਾਲ ਵੀ ਪੁੱਛਣਾ ਹੁੰਦਾ ਉਈ ਮਾਰਾ ਬੂਥੜ ਤੇ ਜਾ ਕੇ ਗੱਲ ਸੁਣੀ ਤਾਂ ਘਰੇ ਸੁੱਖ ਸ਼ਾਂਤੀ ਆ ਗਈ ਰਾਹੂ ਕੇ ਦੂਰੀ ਟਲ ਗਏ ਹੈ ਚੜੇ ਤਾਂ ਉਹ ਫਿਰਦੇ ਨੇ ਭੈਣ ਸਰਤੇ ਉਹਦੇ ਮੇਰੀ ਗੱਲ ਗਰਮੀ ਲੱਗੀ ਹੋਈ ਹੈਗੀ ਉਹਨੂੰ ਵੱਡੀ ਭਾਬੀ ਨੂੰ ਕੁਛ ਨਹੀਂ ਹੋਇਆ ਉਹ ਤੂੰ ਚੁੱਪ ਕਰ ਜਾ ਉਹ ਤੈਨੂੰ ਜ਼ਿਆਦਾ ਪਤਾ ਗਾ ਤੈਨੂੰ ਮੈਨੂੰ ਲੱਗਦਾ ਗੂੰਦ ਕਤੀਰਾ ਦੇਣਾ ਪਊ ਮੇਰੇ ਸਾਲੇ ਦੀ ਨੂੰ ਹੋਰ ਬੌਲਣਾ ਮੈਂ ਡਰ ਗਵੈਲ ਡਾਕਟਰ ਬਣਿਆ ਪਿਆ ਤੈਨੂੰ ਕੀ ਪਤਾ ਗਰਮੀ ਕਿਵੇਂ ਲੱਗਦੀ ਆ ਓਏ ਮੇਰੀ ਗੱਲ ਤੂੰ ਗਾਹ ਜਾ ਅਸੀਂ ਗੱਲ ਕਰਨੀ ਨੰਗ ਜਾ ਗਾਹ ਮਰ ਜਾ ਭਾਗ ਜਾ ਆਉਣਾ ਮੈਂ ਤਾਂ ਮੇਰਾ ਸਹਿ ਗਾਹ ਦੋ ਦੋ ਮਾਰਦਿਆਂ ਬੂਥੜ ਤੇ ਮੇਰੇ ਸਾਲੀ ਨੇ ਜਾ ਕੇ ਜਿਹੜਾ ਨਿੱਤ ਦਾ ਕਲੇਸ਼ ਹੈ ਤਾਂ ਮੁੱਕੂ ਹੈ ਨਹੀਂ ਪਰ ਪੁੱਛੂਗੀ ਤਾਂ ਇਹ ਵੀ ਕਿਉਂ ਕੁੱਟਦਾ ਹੈ ਮਾਰ ਭੈਣ ਚ ਕਹਿੰਦੇ ਨਹੀਂ ਕਹਿੰਦੇ ਪੇਕੇ ਵਗ ਜਾ ਕੋਈ ਨਾ ਕੋਈ 100 ਗੱਲ ਬਣਾ ਲਾਂਗੇ ਹੈ ਮੈਂ ਆਪਦੇ ਲਈ ਮਾਰਦਾ ਚਾਰ ਚਪੜੇ ਮੇਰੇ ਸਾਲੀ ਦੇ ਬੂਥੜ ਦੇ ਤੂੰ ਤੇਲੀ ਦੇ ਮਾਰ ਹੁਣ ਚੜਾ ਦੇਣਾ ਬਸ ਇੱਥੋਂ ਮੇਰੇ ਸਾਲੀ ਦੀ ਲਹਿਰੇ ਵਾਲੀ ਪੱਕੀ ਗੱਲ ਹੈ ਫਿਰ ਹੋਰ ਹੁਣ ਇੱਥੇ ਭੈਣ ਦਾ ਚਾਰ ਦਿਨ ਢਾਬੇ ਦੇਖਾ ਲਾਂਗੇ ਕੋਈ ਗੱਲ ਨਹੀਂ ਭਾਬੀ ਪੁਲਿਸ ਵਾਲੀ ਆ ਦੇਖ ਲਾ ਜੇ ਮਾਰੇਗਾ ਫਿਰ ਕੁਛ ਕਹਿੰਦੀ ਕੁੰਦੀ ਤਾਂ ਨਹੀਂ ਕਹੀ ਦੂਗੀ ਭੈਣ ਦੀ ਡੰਡਾ ਉਹਦੀ ਦੀ ਯਾਰ ਲੈ ਫਿਰ ਬਾਈ ਮੈਂ ਤਾਂ ਸਟਾਰਟ ਆ ਮੈਂ ਤਾਂ ਸਟਾਰਟ ਆ ਆ ਜਾ ਫਿਰ ਫਟ ਫਟ ਜਾ ਵੀ ਸਟਾਰਟ ਆ ਨਾਲ ਆ ਫੜਾ ਦੇ ਓਏ ਤਾਂ ਮੈਂ ਕਿਠਾਉਂਗਾ ਉਹ ਤੂੰ ਨਵੀਂ ਹੋ ਲੈ ਪ੍ਰੀਤ ਹਾਂਜੀ ਆ ਕੀ ਹੋ ਗਿਆ ਆ ਛੱਡ ਨੂੰ ਨਾ ਮੈਨੂੰ ਗੱਲ ਕਰ ਲੈ ਆ ਛੱਡ ਜੱਸੇ ਕਿਸਮਤ ਹੋਏ ਅੰਗੂਰ ਦੀ ਫੁੱਟ ਕੇ ਅੰਦਰ ਜਾਂਦਾ ਅੱਜ ਬੜਾ ਪਿਆਰ ਆ ਰਿਹਾ ਮੇਰੇ ਤੇ ਮੌਜਾਂ ਹੀ ਮੌਜਾਂ ਨੇ ਮੇਰੇ ਸਲੀ ਦੀ ਹੁਣ ਰਾਹ ਦਾ ਕੰਡਾ ਚੱਕਤਾ ਆਪਾਂ ਨੇ ਹੈ ਪ੍ਰੀਤ ਇੰਨੀਆਂ ਆਵਾਜ਼ਾਂ ਗਈਆਂ ਦੇਖੋ ਨਾ ਚਾਂਗਰਾ ਮਾਰ ਰਹੀ ਹੈ ਕੀ ਹੋਇਆ ਇਹਦਾ ਜਸਾ ਤੇਲ ਬਦਲਣ ਲੱਗ ਰਿਹਾ ਪ੍ਰੀਤ ਦਾ ਮੇਰੇ ਪੁੱਤਾਂ ਦੀ ਤਾਂ ਤੇਲ ਵਾਲਾ ਗਾਣਾ ਹੋਇਆ ਪਿਆ ਤੀ ਗੁਰਖਾ ਪਾ ਕੇ ਲੈਣਾ ਸੜਦਿਆਂ ਨੂੰ ਸੜ ਲੈਣ ਦੇ ਨਹੀਂ ਦਾਣੇ ਚੱਬੀ ਰੁਮਾਲ ਵਿਛਾ ਕੇ ਸਕੂਨ ਲੱਗ ਰਿਹਾ ਉਧਰੋਂ ਮੇਰੀ ਭੈਣ ਕੁੱਟੀ ਜਾਂਦਾ ਉਹ ਚੀਚੇ ਨੂੰ ਦਿਖਾਉਗਾ